ਇਹ ਨਾ ਜਿਹੜੇ ਬੱਚੇ ਆਪਾਂ ਪ੍ਰਵਾਸੀ ਨੇ ਉਹ ਚੁੰਨੀ ਦਾ ਝੂਲਾ ਬਣਾ ਕੇ ਝੂਲਦੇ ਹੁੰਦੇ ਬੱਚੇ, ਉਹਦੇ ਵਿੱਚ ਲਪੇਟ 'ਚ ਆ ਗਈ ਇਹ, ਅਤੇ ਇਹਦੀ CCTV ਦੇਖੀ ਸੀਗੀ ਅਸੀਂ, CCTV ਵਿੱਚ ਵੀ ਉਹੀ ਦਿਖ ਰਿਹਾ, ਉਹ ਚੁੰਨੀ ਦਾ ਵਿੱਚ ਲਪੇਟ 'ਚ ਆ ਗਈ ਹੈ। ਇੱਕ ਹਾਦਸਾ ਹੋਇਆ ਘਰੇ, ਜੇ ਕੋਈ ਨਹੀਂ ਸੀਗਾ ਇਹਨਾਂ ਦੇ ਉਸ ਟਾਈਮ, ਅੱਛਾ ਜੀ, ਅਤੇ ਨਹੀਂ ਤਾਂ ਸ਼ਾਇਦ ਬੱਚੀ ਬਚ ਜਾਂਦੀ ਹੈ ਘਰੇ ਹੁੰਦਾ ਕੋਈ ਵੱਡਾ, ਕੋਈ ਮੈਂਬਰ ਵੀ ਨਹੀਂ। ਪਰ ਉਹਦੇ ਵਾਸਤੇ ਤੀਆਂ ਦਾ ਫੰਕਸ਼ਨ ਸੀਗਾ ਕੁੜੀਆਂ ਦਾ, ਅੱਛਾ, ਦੂਸਰੇ ਦਿਨ ਗੁਜਰ ਖਾਨ ਸਕੂਲ ਦੇ ਵਿੱਚ, ਉਹਦੇ ਵਾਸਤੇ ਉਹ ਤੀਆਂ ਦਾ ਨਹੀਂ, ਉਹ ਡੋਰੀ ਪਰਾਂਦੇ ਵਗੈਰਾ ਲੈਣ ਗਏ ਹੋਏ ਸੀਗੇ, ਉਹਦੇ ਵਾਸਤੇ ਉਹ ਮੰਗਵਾਏ ਸੀ ਬੱਚੀ ਨੇ। ਠੀਕ ਹੈ ਜੀ। ਲਖਨ ਲਾਲ ਤਾਪਸੀ ਵੱਲੋਂ ਮੈਂ ਆਇਆ, ਕਿਆ ਮਾਮਲਾ ਕਿਆ? ਸਿਵਲ ਹੋਸਪਿਟਲ ਨੂੰ ਇਹ ਆਇਆ ਤੱਕ ਕਿ ਉਹਨੂੰ ਪੋਸਟ ਮਾਰਟਮ ਕਰਾਉਣਾ ਹੈ, ਹਮੇ ਤੋ ਇਸ ਬਾਤ ਕੀ ਉਹ ਸੰਕੇਤ ਨਹੀਂ ਥਾ ਕਿ ਪੋਸਟ ਮਾਰਟਮ। ਕਿਆ ਆਪਕੀ ਬੱਚੀ ਥੀ? ਅਰੇ ਭਾਈ ਜੀ, ਹਮ ਕਿਆ ਬੋਲੇ, ਹਮ ਮਾਰਕੀਟ ਗਏ ਥੇ ਬੱਚੋਂ ਕੀ ਤੀਤ ਕੀ ਸਮਾਨ ਕੇ ਲਈ। ਕਿਆ ਨਾਮ ਥਾ ਆਪਕੀ ਬੱਚੀ? ਮਿਨਾਕਸ਼ੀ। ਕਿੰਨੇ ਸਾਲ ਕੀ ਬੱਚੀ ਥੀ? 10 ਪੂਰੇ ਹੋ ਗਏ ਤੇ 11 ਸਾਲ ਪੂਰੇ ਲੱਗਿਆ ਵਾ। ਬੱਚੀ ਦਾ ਜੀ ਨਾਂ ਹੈਗਾ ਮਿਨਾਕਸ਼ੀ, ਉਮਰ ਇਹਦੀ 11 ਸਾਲ ਹੈ ਜੀ, ਅਤੇ 4th ਕਲਾਸ 'ਚ ਪੜ੍ਹਦੀ ਸੀ ਇਹ। ਇਹ ਨਾ ਜਿਹੜੇ ਬੱਚੇ ਆਪਾਂ ਪ੍ਰਵਾਸੀ ਨੇ ਉਹ ਚੁੰਨੀ ਦਾ ਝੂਲਾ ਬਣਾ ਕੇ ਝੂਲਦੇ ਹੁੰਦੇ ਬੱਚੇ, ਉਹਦੇ ਵਿੱਚ ਲਪੇਟ 'ਚ ਆ ਗਈ ਇਹ, ਅਤੇ ਇਹਦੀ CCTV ਦੇਖੀ ਸੀਗੀ ਅਸੀਂ, CCTV ਵਿੱਚ ਵੀ ਉਹੀ ਦਿਖ ਰਿਹਾ, ਉਹ ਚੁੰਨੀ ਦਾ ਵਿੱਚ ਲਪੇਟ 'ਚ ਆ ਗਈ ਹੈ। ਇੱਕ ਹਾਦਸਾ ਹੋਇਆ ਘਰੇ, ਜੇ ਕੋਈ ਨਹੀਂ ਸੀਗਾ ਇਹਨਾਂ ਦੇ ਉਸ ਟਾਈਮ, ਅੱਛਾ ਜੀ, ਅਤੇ ਨਹੀਂ ਤਾਂ ਸ਼ਾਇਦ ਬੱਚੀ ਬਚ ਜਾਂਦੀ ਹੈ ਘਰੇ ਹੁੰਦਾ ਕੋਈ ਵੱਡਾ, ਕੋਈ ਮੈਂਬਰ ਵੀ ਨਹੀਂ ਘਰ ਸੀਗਾ? ਨਹੀਂ, ਘਰੇ ਛੋਟੇ ਬੱਚੇ ਸੀ, ਉਹ ਦੋ 2-2.5 ਸਾਲ ਦੇ ਛੋਟੇ ਭੈਣ ਭਰਾ ਨੇ, ਸਭ ਤੋਂ ਵੱਡੀ ਸੀ ਇਹ। ਅਤੇ ਮਦਰ ਫਾਦਰ ਕਿੱਥੇ ਗਿਆ ਸੀਗਾ? ਮਦਰ ਫਾਦਰ ਉਹਦੇ ਵਾਸਤੇ ਤੀਆਂ ਦਾ ਫੰਕਸ਼ਨ ਸੀਗਾ ਕੁੜੀਆਂ ਦਾ, ਅੱਛਾ ਜੀ, ਦੂਸਰੇ ਦਿਨ ਗੁਜਰ ਖਾਨ ਸਕੂਲ ਦੇ ਵਿੱਚ, ਉਹਦੇ ਵਾਸਤੇ ਉਹ ਤੀਆਂ ਦਾ ਨਹੀਂ, ਉਹ ਡੋਰੀ ਪਰਾਂਦੇ ਵਗੈਰਾ ਲੈਣ ਗਏ ਹੋਏ ਸੀਗੇ, ਉਹਦੇ ਵਾਸਤੇ ਉਹ ਮੰਗਵਾਏ ਸੀ ਬੱਚੀ ਨੇ। ਠੀਕ ਹੈ ਜੀ, ਦੂਸਰੇ ਦਿਨ ਫੰਕਸ਼ਨ ਲਈ। ਹਾਂਜੀ, ਅਤੇ ਹੁਣ ਕੋਈ ਪਤਾ ਲੱਗਿਆ ਜੀ ਬੱਚੇ ਦਾ ਫਿਰ ਮਤਲਬ? ਨਹੀਂ, ਇੱਕ ਹਾਦਸਾ ਹੀ ਹੈ ਜੀ, ਹਾਦਸਾ ਹੀ ਕਹਿ ਸਕਦੇ ਆਪਾਂ ਨੂੰ। ਠੀਕ ਹੈ, ਇਹ ਕਿੱਥੇ ਦਾ ਪਰਿਵਾਰ ਹੈ ਸਰ? ਇਹ ਪਰਿਵਾਰ ਹੈਗਾ ਜੀ ਉੱਤਰਾਖੰਡ ਦਾ, ਅਤੇ ਇੱਥੇ 127 ਮਾਡਲ ਟਾਊਨ ਬੀ ਦੇ ਵਿੱਚ ਇਹ ਦੇਖ ਰੇਖ ਵਾਸਤੇ ਰੱਖੇ ਹੋਏ ਸੀਗੇ। ਅੱਛਾ, ਹਾਂਜੀ, ਅਤੇ ਸਰ ਅੱਜ ਬੱਚੀ ਦਾ ਕੋਈ ਪੋਸਟਮਾਰਟਮ ਕਰਾ ਗਿਆ? ਹਾਂਜੀ, ਅੱਜ ਪੋਸਟਮਾਰਟਮ ਵੀ ਕਰਾ ਕੇ ਇਹਨਾਂ ਨੂੰ ਜੋ ਵੀ ਤੱਥ ਸਾਹਮਣੇ ਆਉਣਗੇ, ਅਤੇ ਡਾਕਟਰ ਸਾਹਿਬ ਦੀਆਂ ਅਸੀਂ ਬੋਰਡ ਮੰਗਿਆ ਸੀਗਾ, ਡਾਕਟਰ ਸਾਹਿਬ ਦਾ ਬੋਰਡ ਬਣ ਕੇ ਆ ਗਈ, ਅਤੇ ਹੁਣ ਪੋਸਟਮਾਰਟਮ ਤੋਂ ਬਾਅਦ ਇਹਨਾਂ ਨੂੰ ਡੈਡ ਬੋਡੀ ਦੇ ਹੈਂਡ ਓਵਰ। CCTV ਵੀ ਸਾਹਮਣੇ ਆਈ ਹੈ? ਹਾਂਜੀ ਸਰ, CCTV ਹੈਗੀ ਜੀ, ਆਈ ਹੈ ਸਾਹਮਣੇ ਜੀ, ਉਹਦੇ ਵਿੱਚ ਵੀ ਹਾਦਸਾ ਹੀ ਹੈ, ਇੱਕ ਇਹ ਹਾਦਸਾ ਹੀ ਕਹਿ ਸਕਦੇ ਹਾਂ। ਠੀਕ ਹੈ ਸਰ, ਓਕੇ, ਠੀਕ ਹੈ। ਆਪ ਦਾ ਕਿਆ ਨਾਮ ਹੈ? ਲਖਨ ਲਾਲ। ਅੱਛਾ, ਤਾਪਸੀ ਵੱਲੋਂ ਮੈਂ ਆਇਆ, ਕਿਆ ਮਾਮਲਾ ਕਿਆ? ਸਿਵਲ ਹੋਸਪਿਟਲ ਨੂੰ ਇਹ ਆਇਆ ਤੱਕ ਕਿ ਉਹਨੂੰ ਪੋਸਟ ਮਾਰਟਮ ਕਰਾਉਣਾ ਹੈ, ਹਮੇ ਤੋ ਇਸ ਬਾਤ ਕੀ ਉਹ ਸੰਕੇਤ ਨਹੀਂ ਥਾ ਕਿ ਪੋਸਟ ਮਾਰਟਮ। ਕਿਆ ਆਪਕੀ ਬੱਚੀ ਥੀ? ਅਰੇ ਭਾਈ ਜੀ, ਹਮ ਕਿਆ ਬੋਲੇ, ਹਮ ਮਾਰਕੀਟ ਗਏ ਥੇ ਬੱਚੋਂ ਕੀ ਤੀਤ ਕੀ ਸਮਾਨ ਕੇ ਲਈ। ਕਿਆ ਨਾਮ ਥਾ ਆਪਕੀ ਬੱਚੀ? ਮਿਨਾਕਸ਼ੀ। ਅੱਛਾ, ਕਿੰਨੇ ਸਾਲ ਕੀ ਬੱਚੀ ਥੀ? 10 ਪੂਰੇ ਹੋ ਗਏ ਤੇ 11 ਸਾਲ ਪੂਰੇ ਲੱਗਿਆ ਵਾ। ਬੱਚੀ ਦਾ ਜਿਹੜਾ ਮਾਮਲਾ ਆਇਆ ਮੋਰਚੇ ਵਿੱਚ, ਕੀ ਨਾਮ ਆ ਬੱਚੀ ਦਾ ਤੇ ਕਿੰਨੀ ਉਮਰ ਸੀ? ਬੱਚੀ ਦਾ ਜੀ ਨਾਂ ਹੈਗਾ ਮਿਨਾਕਸ਼ੀ, ਉਮਰ ਇਹਦੀ 11 ਸਾਲ ਹੈ ਜੀ, ਅਤੇ 4th ਕਲਾਸ 'ਚ ਪੜ੍ਹਦੀ ਸੀ ਇਹ। ਇਹ ਨਾ ਜਿਹੜੇ ਬੱਚੇ ਆਪਾਂ ਪ੍ਰਵਾਸੀ ਨੇ ਉਹ ਚੁੰਨੀ ਦਾ ਝੂਲਾ ਬਣਾ ਕੇ ਝੂਲਦੇ ਹੁੰਦੇ ਬੱਚੇ, ਉਹਦੇ ਵਿੱਚ ਲਪੇਟ 'ਚ ਆ ਗਈ ਇਹ, ਅਤੇ ਇਹਦੀ CCTV ਦੇਖੀ ਸੀਗੀ ਅਸੀਂ, CCTV ਵਿੱਚ ਵੀ ਉਹੀ ਦਿਖ ਰਿਹਾ, ਉਹ ਚੁੰਨੀ ਦਾ ਵਿੱਚ ਲਪੇਟ 'ਚ ਆ ਗਈ ਹੈ। ਇੱਕ ਹਾਦਸਾ ਹੋਇਆ ਘਰੇ, ਜੇ ਕੋਈ ਨਹੀਂ ਸੀਗਾ ਇਹਨਾਂ ਦੇ ਉਸ ਟਾਈਮ, ਅੱਛਾ ਜੀ, ਅਤੇ ਨਹੀਂ ਤਾਂ ਸ਼ਾਇਦ ਬੱਚੀ ਬਚ ਜਾਂਦੀ ਹੈ ਘਰੇ ਹੁੰਦਾ ਕੋਈ ਵੱਡਾ, ਕੋਈ ਮੈਂਬਰ ਵੀ ਨਹੀਂ ਘਰ ਸੀਗਾ? ਨਹੀਂ, ਘਰੇ ਛੋਟੇ ਬੱਚੇ ਸੀ, ਉਹ 2-2.5 ਸਾਲ ਦੇ ਛੋਟੇ ਭੈਣ ਭਰਾ ਨੇ, ਸਭ ਤੋਂ ਵੱਡੀ ਸੀ ਇਹ। ਅਤੇ ਮਦਰ ਫਾਦਰ ਕਿੱਥੇ ਗਿਆ ਸੀਗਾ? ਮਦਰ ਫਾਦਰ ਉਹਦੇ ਵਾਸਤੇ ਤੀਆਂ ਦਾ ਫੰਕਸ਼ਨ ਸੀਗਾ ਕੁੜੀਆਂ ਦਾ, ਅੱਛਾ ਜੀ, ਦੂਸਰੇ ਦਿਨ ਗੁਜਰ ਖਾਨ ਸਕੂਲ ਦੇ ਵਿੱਚ, ਉਹਦੇ ਵਾਸਤੇ ਉਹ ਤੀਆਂ ਦਾ ਨਹੀਂ, ਉਹ ਡੋਰੀ ਪਰਾਂਦੇ ਵਗੈਰਾ ਲੈਣ ਗਏ ਹੋਏ ਸੀਗੇ, ਉਹਦੇ ਵਾਸਤੇ ਉਹ ਮੰਗਵਾਏ ਸੀ ਬੱਚੀ ਨੇ। ਠੀਕ ਹੈ ਜੀ, ਦੂਸਰੇ ਦਿਨ ਫੰਕਸ਼ਨ ਲਈ। ਹਾਂਜੀ, ਅਤੇ ਹੁਣ ਕੋਈ ਪਤਾ ਲੱਗਿਆ ਜੀ ਬੱਚੇ ਦਾ ਫਿਰ ਮਤਲਬ? ਨਹੀਂ, ਇੱਕ ਹਾਦਸਾ ਹੀ ਹੈ ਜੀ, ਹਾਦਸਾ ਹੀ ਕਹਿ ਸਕਦੇ ਆਪਾਂ ਨੂੰ। ਠੀਕ ਹੈ, ਇਹ ਕਿੱਥੇ ਦਾ ਪਰਿਵਾਰ ਹੈ ਸਰ? ਇਹ ਪਰਿਵਾਰ ਹੈਗਾ ਜੀ ਉੱਤਰਾਖੰਡ ਦਾ, ਅਤੇ ਇੱਥੇ 127 ਮਾਡਲ ਟਾਊਨ ਬੀ ਦੇ ਵਿੱਚ ਇਹ ਦੇਖ ਰੇਖ ਵਾਸਤੇ ਰੱਖੇ ਹੋਏ ਸੀਗੇ। ਅੱਛਾ, ਹਾਂਜੀ, ਅਤੇ ਸਰ ਅੱਜ ਬੱਚੀ ਦਾ ਕੋਈ ਪੋਸਟਮਾਰਟਮ ਕਰਾ ਗਿਆ?
ਹਾਂਜੀ ਅੱਜ ਪੋਸਟਮਾਰਟਮ ਵੀ ਕਰਾ ਕੇ ਇਹਨਾਂ ਨੂੰ ਜੋ ਵੀ ਤੱਤ ਸਾਹਮਣੇ ਆਉਣਗੇ ਅਤੇ ਡਾਕਟਰ ਸਾਹਿਬ ਦੀਆਂ ਅਸੀਂ ਬੋਰਡ ਮੰਗਿਆ ਸੀਗਾ, ਡਾਕਟਰ ਸਾਹਿਬ ਦਾ ਬੋਰਡ ਬਣ ਕੇ ਆ ਗਏ ਅਤੇ ਹੁਣ ਪੋਸਟਮਾਰਟਮ ਤੋਂ ਬਾਅਦ ਇਹਨੂੰ ਡੈੱਡ ਬੋਡੀ ਦੇ ਹੈਂਡਓਵਰ ਕਰ। ਹਾਂਜੀ ਸਰ ਸੀ ਸੀ ਟੀ ਵੀ ਹੈਗੀ ਆਈ ਹੈ ਸਾਹਮਣੇ ਜੀ, ਉਹਦੇ ਵਿੱਚ ਵੀ ਹਾਦਸਾ ਹੀ ਹੈ, ਹਾਦਸਾ ਹੀ ਕਹਿ ਸਕਦੇ ਹਾਂ। ਠੀਕ ਹੈ ਸਰ, ਓਕੇ।